ਸਸ਼ੀ ਗਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਪੰਜਾਬੀ ਸਿੰਗਰ ਬਾਗੀ ਦੇ ਬਾਰੇ ਸਿੰਗਰ ਬਣ ਤੋਂ ਪਹਿਲਾਂ ਬਾਗੀ ਦੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ ਤੁਹਾਨੂੰ ਦੱਸ ਦਈਏ ਕਿ ਬਾਗੀ ਬਹੁਤ ਹੀ ਗਰੀਬੀ ਵਾਲੇ ਮਾਹੌਲ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਹੈ ਉਤੇ ਹੀ ਬਾਗੀ ਨੇ ਇੱਕ ਗਾਣਾ ਵੀ ਲਿਖਿਆ ਸੀ ਸਾਰਾ ਘਰ ਫੁੱਲੇ ਜਿੱਥੋਂ ਨਾ ਰੁਪਈਆ ਲੱਭਦਾ ਅਸੀਂ ਇਹੋ ਜੇ ਘਰਾਂ ਦੇ ਵਿੱਚੋਂ ਉੱਠੇ ਹੋਏ ਹਾਂ ਬਾਗੀ ਨੇ ਆਪਣੇ ਹਾਲਾਤ ਲਿਖੇ ਸਨ ਇਸ ਗਾਣੇ ਦੇ ਵਿੱਚ ਪੂਰੀ ਸੱਚਾਈ ਲਿਖੀ ਸੀ ਪਰ ਜਿਵੇਂ ਬਾਗੀ ਵੱਡਾ ਹੋਇਆ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਅੱਜ ਉਸਨੇ ਘਰ ਦੇ ਹਾਲਾਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ ਜੀ ਆ ਦੋਸਤੋ ਬਾਗੀ ਨੇ ਬਹੁਤ ਮਿਹਨਤ ਕੀਤੀ ਸਿੰਗਰ ਬੰਦੇ ਲਈ ਤੇ ਅੱਜ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਬਾਗੀ ਦਾ ਸਿੱਕਾ ਚੱਲਦਾ ਹੈ ਸਾ ਦੋਸਤੋ ਰੀਸੈਂਟਲੀ ਬਾਗੀ ਨੇ ਆਪਣੇ ਫੈਨਸ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਆਪਣਾ ਪੁਰਾਣਾ ਘਰ ਵੀ ਦਿਖਾ ਰਹੇ ਨੇ ਤੇ ਨਮੀ ਕੋਠੀ ਜਿਹੜੀ ਪਾਈ ਆ ਬਾਕੀ ਨੇ ਉਹ ਵੀ ਦਿਖਾ ਰਹੇ ਨੇ ਤੇ ਕਹਿ ਰਹੇ ਨੇ ਕਿ ਬਹੁਤਾ ਲੰਮਾ ਸਫਰ ਨਹੀਂ ਸੀ ਇੱਥੋਂ ਲੈ ਕੇ ਇੱਥੋਂ ਤੱਕ ਜਾਣ ਦਾ ਯਾਨੀ ਕਿ ਪੁਰਾਣੇ ਘਰ ਤੋਂ ਨਵੇਂ ਘਰ ਤੱਕ ਜਾਣ ਦਾ ਕੋਈ ਸਫਰ ਲੰਮਾ ਨਹੀਂ ਸੀ ਕਿਉਂਕਿ ਮਿਹਨਤ ਦੇ ਨਾਲ ਬੰਦਾ ਹਰ ਇੱਕ ਮਕਾਮ ਨੂੰ ਹਾਸਲ ਕਰ ਲੈਂਦਾ ਜੇਕਰ ਤੁਸੀਂ ਵੀ ਮਿਹਨਤ ਕਰੋਗੇ ਤਾਂ ਥੋੜੇ ਸਮੇਂ ਦੇ ਵਿੱਚ ਹੀ ਕਾਮਯਾਬ ਹੋ ਜਾਉਂਗੇ ਉਤੇ ਬਾਗੀ ਦਾ ਇੱਕ ਗਾਣਾ ਆਇਆ ਸੀ ਕਿ ਮੈਂ ਮਿਹਨਤ ਕੀਤੀ ਐ ਲੱਕ ਭਨ ਕੇ ਲੋਕੀ ਕਹਿੰਦੇ ਇਦਾ ਲੱਕ ਚੱਲਿਆ ਦੋਸਤੋ ਬਹੁਤ ਸਚਾਈ ਲਿਖਦਾ ਹੈ ਬਾਗੀ ਵੀ ਆਪਣੇ ਗੀਤਾਂ ਦੇ ਵਿੱਚ ਤੁਸੀਂ ਬਾਗੀ ਨੂੰ ਕਿੰਨਾ ਕੁ ਜ਼ਿਆਦਾ ਪਸੰਦ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਔਰ ਇਦਾਂ ਦੀ ਹੋਰ ਪੰਜਾਬੀ 뮤직 ਇੰਡਸਟਰੀ ਤੇ ਸੋਸ਼ਲ ਮੀਡੀਆ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਦੇਖੋ ਤੁਸੀਂ ਇਹ ਵੀਡੀਓ ਵੈਸੇ ਕੋਈ ਬਾਲਾ ਵੱਡਾ ਸਫ਼ਰ ਨਹੀਂ ਸੀ ਇੱਥੋਂ ਲੈ ਕੇ ਤੇ ਇੱਥੋਂ ਤੱਕ ਪਰਸ ਵਾਲੇ 14 ਸਾਲਾਂ